good morning, welcome back to another vlog. Bismillahirrahmanirrahim. Allah ta'ala de fazal shukr aur karam de naal aaj da vlog shuru karne bhai saab seen kuch aise hain isi ke to paise hain to saab ne birad alas check karo time ko chhodo share check karo aaj chauthi panjve din aur pe aaj maine pehne kal maine pehne aaj maine pehne kaam bhi koi kone baat bhi banda itna alas theek hai te naal bhi to kone bhai koi itna door hi kone ਅਗਰ ਬੰਦਾ ਪੈਦਲ ਲੱਗਾ ਵਣਿਆ ਤਾਂ 2 ਮਿੰਟ ਤੇ ਮੈਂ ਅਗਰ ਸਲੋ ਸਲੋ ਵਣਿਆ ਤਾਂ 2 ਮਿੰਟ 1 ਮਿੰਟ ਜੀ ਬੰਦਾ ਪਹੁੰਚ ਸਕਦਾ ਇਤਨਾ ਤੁਹਾਡਾ ਬਰਾ ਆਲਸੀ ਥੀ ਚੁਕਾ ਹੈ ਆਲਸੀ ਥੀ ਚੁਕਾ ਨਾ ਕੋਈ ਕੰਮ ਕਰਨ ਦਾ ਰੋਗ ਵੀ ਨਹੀਂ ਆਦਾ ਉਹ ਵੀ ਹੁਣ ਮਗਰ ਜੇ ਮੈਂ ਕੁਤਰਾ 4 ਕਾਲ ਆਇਆ ਨੂੰ ਕਿ ਯਾਰ ਕਿਆ ਨਾਸ਼ਤਾ ਕਰੋ ਕਿ ਨਾਸ਼ਤਾ ਕਰੋ ਕਿ ਨਾਸ਼ਤਾ ਕਰ ਹੁਣ ਹੀ ਮੈਂ ਕੋ ਡੈਡ ਲਾਈਨ ਦਿੱਤੀ ਹਾਂ 8:30 ਤੋਂ ਪਹਿਲਾਂ ਨਾ ਪਹੁੰਚਣਾ ਨਾਸ਼ਤਾ ਦਾ ਹੀ ਖਾਇਰ ਕੋ ਨਹੀਂ ਤੇ ਬਾਬਾ ਨੇ ਵਾਂ ਕਿ ਕਰੇ ਨੇ ਭਾਈ ਸਾਹਿਬ ਨਾਸ਼ਤਾ ਉਹਦੇ ਬਾਅਦ ਉਹਦਾ ਕਟਿੰਗ ਕਰਾਉਣੀ ਹੈ ਉਹਦੇ ਬਾਅਦ ਕੱਲ੍ਹ ਤੋਂ ਮੇਰਾ ਸਾਹਿਬ ਮੈਂ ਫਰ ਮੈਸੇਜ ਆ ਸਫਾਈ ਕਰਨੀ ਹੈ ਲੇਕਿਨ ਕੱਲ੍ਹ ਨਾ ਮੇਰੇ ਮਹਿਮਾਨ ਆ ਗਏ ਹਨ ਇਹ ਵਜ੍ਹਾ ਤੋਂ ਮੈਂ ਸਫਾਈ ਨਾ ਹੀ ਕਰ ਸਕਾਂ ਚਲੋ ਉਹ ਤਾਂ ਹੈ ਮੇਨ ਔਰ ਜੈਨੂਅਨ ਰੀਜ਼ਨ ਹੈ ਭਈ ਯਾਰ ਉਹਦੀ ਤਾਂ ਸਮਾਨ ਲੈਣੀ ਚਾਹੀਦੀ ਤਾਂ ਕੋਈ ਉਹ ਤਾਂ ਜੈਨੂਅਨ ਰੀਜ਼ਨ ਹੈ ਵਾਲਾ ਕੋਈ ਫਿਰ ਸੋ ਅਤੇ ਬਾਅਦ ਵਿੱਚ ਮੈਂ ਕੰਮ ਕੋਈ ਵੀ ਕਰੇ ਸੋ ਔਰ ਬਾਅਦ ਜਿਹੜਾ ਹੋਏ 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 ਜਿਹੜਾ ਪੈਟਰੋਲ ਦਾ ਰੇਟ ਹੁੰਦਾ ਨਾ ਸੋ ਦੇਖ ਕੇ ਬੰਦਾ ਹੈਰਾਨ ਸੀ ਕਿ 272 ਰੁਪਏ ਲੀਟਰ ਮਿਲ ਸੀ ਤਾਂ ਪੈਟਰੋਲ ਨਾਲ ਸਫ਼ਰ ਕਰੋ ਚਲੋ ਕਿਆ ਕਰਾਂ ਪੀਆਂ ਨਾਲ ਹੈ ਯਾਰ ਕੋਈ ਯਾਰ ਕੋਈ ਖਿੰਚੀ ਤਾਂ ਸਭ ਕੋਈ ਖਿੰਚਣਾ ਪੋਸੀ ਮਹਿੰਗਾਈ ਅਰੂਜ ਤੇ ਪਹੁੰਚ ਗਈ ਅਰੂਜ ਤੇ ਪਹੁੰਚ ਗਿਆ ਸੋਚਣ ਦੇ ਵੀ ਪਰੇਸ਼ਾਨੀ ਥੀ ਯਾਰ ਕਿਆ ਥੀ ਸੀ ਇਹਦਾ ਮੁੱਲ ਸਾਹਿਬ ਭਾਈ ਸਾਹਿਬ ਸੀਨ ਕੁਛ ਐਸੇ ਹੈ ਉਹ ਯਾਰ ਮੈਂ ਜਦੋਂ ਥੋੜ੍ਹਾ ਨਾ ਨਾਸ਼ਤਾ ਕਰ ਗਿਆ ਉਹਦੇ ਬਾਅਦ ਮੈਂ ਮੈਡੀਸਨ ਸਾਫ ਕਰਾਉਂਦੇ ਮੈਂ ਕੋਈ 3-4 ਘੰਟੇ ਲੱਗ ਗਏ ਮਤਲਬ 9:30 ਵਜੇ ਮੈਂ ਸ਼ੁਰੂ ਥੀ ਹਾਂ ਅਤੇ 10:30 11:30 12:30 ਮੈਂ ਫਰੀ ਥੀ ਹਾਂ ਇਤਨਾ ਟਾਈਮ ਲੱਗ ਗਿਆ ਨਾ ਪੁੱਛੋ ਸਾਰਾ ਦਾ ਸਾਰਾ ਧੂੜ ਮਿੱਟੀ ਬੰਦਾ ਠੀਕ ਹੈ ਕਿਉਂਕਿ ਰੋਡ ਬਣਦਾ ਪੈਣਾ ਰੋਡ ਦੀ ਸਾਰੀ ਮਿੱਟੀ ਅੰਦਰ ਆਉਂਦੀ ਹੈ ਅਤੇ ਉਹ ਫਾਰਮੈਸੀ ਦੇ ਨਾ ਉਤਲੀ ਸਾਈਡ ਹੈ ਪੇ ਓਪਨ 4-5 ਫੁੱਟ ਥੱਲੇ ਤਾਂ ਸ਼ੀਸ਼ਾ ਲੱਗਾ ਹੋਇਆ ਲੇਕਿਨ ਉਹ ਧੋਪਾ ਨੇ ਵੀ ਓਏ ਹੋਏ ਹੋਏ ਮੇਰਾ ਤਾਂ ਸਾਰਾ ਮੂੰਹ ਸਿਰ ਧੋੜ ਠੀਕ ਹੈ ਉਹਨਾਂ ਦੀ ਵੀਡੀਓ ਤੱਕ ਮੈਂ ਬਣਾ ਕੇ ਲਿਖਿਆ ਨਾ ਤੁਹਾਨੂੰ ਪਤਾ ਨਹੀਂ ਦੂਰ ਹੀ ਬੰਦਾ ਨਾ ਖਰਬੈਜ਼ਾ ਖਾਂਦਾ ਰਹੇ ਪਤਾ ਨਹੀਂ ਕਿਆ ਇਤਨੀ ਮਤਲਬ ਦੌੜ ਹੀ ਪਈ ਅਤੇ ਲੇਕਿਨ ਉਹ ਮੌਸਮ ਦੇ ਬਾਅਦ ਵਾਲਾ ਫਰੈਸ਼ ਤਾਂ ਆਇਆ ਤਾਂ ਹੁਣ 1:30 ਦਾ ਟਾਈਮ ਠੀਕ ਹੈ ਹੁਣ ਠੀਕ ਹੈ ਮੈਂ ਬਿਲਕੁਲ ਫਰੀ ਵਾ ਤਾਂ ਉਹਦੇ ਬਾਅਦ ਮੈਨੂੰ ਲੱਗ ਗਿਆ ਸ਼ੀਦ ਵਾਲੀ ਧੁੱਪ ਆ ਕੇ ਬਾਅਦ ਮੈਂ ਤਾਂ ਆਪਣੇ ਰੂਮ ਵਿੱਚ ਬੈਠਿਆ ਅਤੇ ਮਤਲਬ ਆਪਣੇ ਦੋਸਤ ਸਾਰੇ ਨਾਲ ਰਾਬਤਾ ਕੀਤਾ ਮੈਂ ਕਿ ਚਲੋ ਬੰਨੇ ਇੱਕ ਥਿੰਕ ਅੱਛ ਪਏ ਨੇ ਅੱਜ ਨਾ ਇਹ ਕੰਮ ਤਾਂ ਹੈ ਕੋਈ ਕੋਣਾ ਲੇਕਿਨ ਮੈਚ ਦਾ ਫਿਲਹਾਲ ਅੱਜ ਕੋਈ ਪਤਾ ਕੋਈ ਨਹੀਂ ਕਿ ਅਸਾਂ ਅੱਜ ਮੈਚ ਖੇਡਦੇ ਪਏ ਹਾਂ ਜਾਂ ਕੋਣ ਜਾਂ ਅਸਰ ਲਗਾ ਕਿ ਘਰ ਉਹ ਵੀ ਥੋੜ੍ਹੀ ਦੇਰ ਪਹਿਲਾਂ ਮੈਂ ਆਪਣਾ ਮਿਲਾ ਜਾਂ ਕਿਸੇ ਮੈਂ ਘਰ ਮੈਂ ਪਿਆ ਘਰ ਗਿਆ ਇੱਕ ਉਹਦਾ ਯੂਨੀਵਰਸਿਟੀ ਲੈਕਚਰ ਕਹਿੰਦੀ ਸੀ ਉਹਦੇ ਬਾਅਦ ਵਾਲਾ ਉਹਦੇ ਕੋਈ ਸ਼ਾਦੀ ਹੈ ਇਹ ਸੀਨ ਜੋ 3-4 ਵਜੇ ਆ ਸੀ ਉਹਦਾ 3-4 ਵਜੇ ਜਿਹੜਾ ਆਇਆ ਤਾਂ ਉਹ ਮੈਚ ਖੇਡਣ ਦਾ ਪ੍ਰੋਗਰਾਮ ਤਾਂ ਸਾਡਾ ਹੁਣ ਨਹੀਂ ਬਣ ਸਕਦਾ ਅਤੇ ਨਾ ਹੀ ਅਸਾਂ ਵੈਸੋ ਉਹ ਵਾਈਟ ਥੀ ਹੋਣੀ ਸ਼ੁਰੂ ਥੀ ਕਿ ਹੈ ਨਾ ਦਾੜੀ ਵਾਈਟ ਥੀ ਹੋਣੀ ਸ਼ੁਰੂ ਥੀ ਕਿ ਬੁਢੇਪਾ ਆ ਗਿਆ ਨਾ ਅਸਲ 'ਚ ਅਤੇ ਉਹ ਵਾਲਾ ਆ ਸੀ ਵਾ ਤਾਂ 3-4 ਵਜੇ ਜਾਂ ਫਿਰ ਉਹਦੇ ਬਾਅਦ ਵੈਸੋ ਦੇਖੋ ਸਹੀ ਮੈਚਦਾਰ ਉਹਨੇ ਟਾਈਮ ਤਾਂ ਹੋ ਸਕੋ ਨਾ ਬਿਲਕੁਲ ਹੀ ਥੋੜ੍ਹੀ ਸਦੀਦ ਸਿਰੀ ਦਰਦ ਪਾਉਂਦਾ ਖੜਾ ਪਤਾ ਨਹੀਂ ਕਿਆ ਹੋ ਜਾਏ ਥੱਕ ਵੀ ਆ ਬੰਦਾ ਅੱਜ ਬਹੁ ਨਾ ਜਿਸ ਸਮੇਂ ਦਰਦ ਪਾਉਣ ਛੁੱਟੇ ਗਿਆ ਇਤਨਾ ਥੱਕਾ ਮੈਂ ਕੰਮ ਕਰ ਕਰਕੇ ਨਿਕੰਮਾ ਥੀ ਗਿਆ ਇਹਨੂੰ ਥੋੜ੍ਹਾ ਫਿਰ ਇੱਕ ਨੰਬਰ ਨਿਕੰਮਾ ਬੰਦਾ ਆਈ ਹੋ ਅਤੇ ਅੱਜ ਵਾਲਾ ਇੱਕ ਕੰਮ ਕਰਨਾ ਪੈ ਗਿਆ ਪਿੱਛੇ ਸਾਫ ਜ਼ਹਿਰ ਹੈ ਓਏ ਡੈਂਟਰਸ ਆ ਗਿਆ ਬਈ ਡੈਂਟਰਸ ਨਹੀਂ ਦੂੜ ਆ ਗਈ ਜਿੱਥਾਂ ਵੀ ਖੜਸੋ ਨਾ ਮੈਂ ਨਾਲ ਖੜਸੋ ਸਹੀ ਦੌੜ ਤਾਂ ਲੱਗ ਪਏ ਸੀ ਇਤਨੀ ਦੌੜ ਹੈ ਮਤਲਬ ਕਲੀਨਿਕ ਜਿਵੇਂ ਸਾਰੀ ਦੌੜ ਆ ਗਈ ਉਹ ਬਾਹਰ ਰੋਡ 'ਤੇ ਅੱਜ ਤਾਂ ਖੈਰ ਉਹ ਪਾਣੀ ਸੜ ਗਿਆ ਟਾਈਮ ਨਾ ਲੱਗੇ ਤਾਂ ਕਦੇ ਉਹਨੇ ਪਾਣੀ ਵੀ ਨਹੀਂ ਸਾਟਾ ਕੋਈ ਐਡੇ ਸੁਸਤ ਬੰਨਣ ਵਾਸਤਾ ਪੈ ਗਿਆ ਨਾ ਕਿ 3 ਮਹੀਨੇ 'ਤੇ ਰੋਡ ਬਣਦਾ ਅੱਜ ਅੱਜ ਤਾਂ ਨਹੀਂ ਬਣਾ ਇਹ ਹਾਲਾਤ ਚੱਲਦੇ ਪੈਣ ਅਤੇ ਬਣਨੀ ਕੋ ਨਹੀਂ ਇਹ ਹੁਣ ਅਗਲਾ ਸਾਲ ਹੀ ਨਾ ਬਣ ਸੀ ਉਮੀਦ ਜਿਹੜੀ ਲੱਗਦੀ ਪਈ ਹੈ ਪਾਣੀ ਸਟੇਸਰ ਆਇਆ ਹੁੰਦਾ ਉਹ ਆ ਦੀਆਂ ਬਾਅਦ ਵਰਨਾ ਧੂੜ ਮਿੱਟੀ 'ਤੇ ਬੰਨ ਸਾਰੇ ਬਾਹਰੋਂ ਨਾ ਇੱਕ ਦਰਖਤ ਖੜਾ ਤੇ ਕਲੀਨਿਕ 'ਚ ਉਹ ਸ਼ਦਾ ਸੁੱਕਣ ਪੈ ਗਿਆ ਤਾਂ ਮੈਂ ਕਹਿੰਦਾ ਕਿ ਉਹਦੇ ਇਤਨੇ ਧੂੜ ਲੱਡੀ ਖੜੀ ਹੈ ਧੂੜ ਨਾ ਅਤੇ ਉਹ ਵਜ੍ਹਾ ਤੋਂ ਸ਼ਾਇਦ ਉਹਦਾ ਸਾਹ ਗਿਣਨ ਵਾਲਾ ਜਿਹੜਾ ਪੱਤਿਆਂ 'ਚ ਸਾਹ ਗਿੰਦਾ ਉਹ ਵੀ ਬੰਦ ਠੀਕ ਹੈ ਔਰ ਉਹ ਸੁੱਕਦਾ ਪੈਂਦਾ ਹੁਣ ਸੁੱਕਦਾ ਪੈਂਦਾ ਇਹ ਦਿਨ ਜ਼ਿਆਦਾ ਤੋਂ ਜ਼ਿਆਦਾ 15 ਦਿਨਾਂ ਬਾਅਦ ਅਗਰ ਬਾਰਿਸ਼ ਨਾ ਆਏ ਤਾਂ ਸ਼ਾਇਦ ਉਹ ਵਿਚਾਰਾ ਸੁੱਕ ਹੀ ਵੈਸੀ ਇਹ ਵੀ ਦਰਖਤ ਟਾਹਲੀ ਦਾ ਦਰਖਤ ਪਿਆ ਸ਼ੀਸ਼ਮ ਟਾਹਲੀ ਅਤੇ ਹੁਣ ਉਹ ਵੀ ਸੁੱਕਦਾ ਪੈਂਦਾ ਇਤਨੀ ਮਤਲਬ ਧੂੜ ਪਈ ਨਹੀਂ ਸੁੱਕਾ ਤਾਂ ਤੁਹਾਡਾ ਬਿਰਾ ਨਹੀਂ ਸੁੱਕਾ ਮੋਟਾ ਦਿਨ ਆਉਂਦਾ ਲੇਕਿਨ ਥੋੜ੍ਹੀ ਨਹੀਂ ਤਾਂ ਥੋੜ੍ਹੀ ਆਉਂਦੀ ਹੈ ਨਾ ਕੇਅਰ ਕਰਿੰਦਾ ਰਹਿੰਦਾ ਖੈਰ ਉਹ ਯਾਸਰ ਨਾਲ ਰਾਬਤਾ ਕਰਿੰਦੇ 2 ਵਜੇ 2:30-3 ਵਜੇ ਕਰੇ ਸਾਂ 2:30 ਵਜੇ ਕਰੇ ਸਾਂ ਕੋਲ ਕੁਛ ਅਗਰ ਅਸੀਂ ਮੈਚ ਖੇਡਣਾ ਤਾਂ ਠੀਕ ਹੈ ਤਾਂ ਬਾਅਦ ਪਿੱਛੇ ਅੱਜ ਮੈਚ ਦਾ ਪ੍ਰੋਗਰਾਮ ਸਾਰਾ ਥੀ ਵੈਸੇ ਸਕਿਪ ਚਲੋ ਹੁਣ ਵਹਿੰਦੇ ਹਾਂ ਤੱਲੇ ਬਣ ਕੇ
کوئی ولا عرف نہ رب تک رہنے بھی کتھا ہے ودے آنا ہائی ہوں تے ولا سامنے چائے پیونا چائے پیونا سے کٹھے کیونکہ آج کل لڑکو اتنی چائے پینا پڑا ہے اتنی چائے پینا کڑے نا تو سوچ نہ سمجھے اسے ترائے واری چائے دور ترائے دور ترائے واری چائے والا تو موسم کو چائے دا تھوڑا جا کم تھی گیا سی کیونکہ سردیاں ختم تھی جو میں گرمیاں شروع تھی گیا سا موسم بہت سارا تبدیل تھی گیا بہت سارا تبدیل تھی گیا تے جوں ہی موسم تبدیل تھی گیا تو صاف دہ چائے تو بعد شفٹ تھی ہونا بہت سی کوک دے ہوتے کوک چائے میچ کا کوئی پروگرام تھا کو نہ ہوتا یاسر آگے مکچا جل جائے میچ تھے میں تو ویسے بھی ڈاکو نہ کہتا ہوں وجہ تو آنا یاسر دوجے تو جڑو بھی تھوڑا بہت کھیل گئے تو بتا گیا میچ کھیلنے اتنا ساری ٹیم پوری کون آئی بھائی میں پانچ سات چھو آ رہا ہوں وہ کہ دیکھنا انہوں کالج آ لینا کوئی اپنا سے کبڈی کا میچ تھی نا بھیا سامنے نا بڑا رڑتا پٹے دے پان رڑتے پٹے دے پان سامنے تھی نا پہ پتہ نہیں کوئی ٹرائل تھی نا پایا سا نا شاید انہوں نے کبڈی دے میچ کھڑنے کا روح ہی کون ہوا میرے دوست کی کال آگے مظاہر جی ہوں تو پھر چاہنا سوائیں پہ کہ نہیں کام تو تھوڑا جہاں کام کرنے ہیں یا سر بھی لگا گیا گھر تو میں ہوتا پہ پچھا کیونکہ میرا روح ہی کون ہائی کھیڈن تو ایک پرسینٹ بھی کیونکہ اجنا صبح جرا میں کام کیتا ہوں وجہ تو میں ایڈا تھک گیا نہ پوچھو حال نہ پوچھو حال ہوئے ہوئے تو اندر بعد والا میں پوچھ میچ کھیڑن تو بالکل بھی روح نہیں آتا پیا کہ میں میچ کھیڈاں بس یہ تو زورے تورے انہیں مطلب ہے کہ یاسر میں چاہ کے لگا ہے یاسر انہوں اونپ گیٹ کو پرہ لگا گئے کیونکہ وہ انہیں کتنی شادی تھے تے تورے برا ان گیٹ کو واپس ریٹرن مظاہر رہے کھڑے کلینک تے میں کو صبح میں چاہ گئے تھے وین ہے وین کیوں کام کرنے وہ تو پلس ہوتا باتے تھے میڈیسن دا سٹاک ہونا یوں دا آرڈر لیتے وہ بات ریسیو کرنا بہت سی بات بہت دوبارہ دوبارہ کالا شروع تھی وہ انہوں نے ان واسطے ٹائم نال ہونا چاہیے دیکھو کالج اتنا رش ہوتا ہے اتنا رش ہوتا ہے تو ہوں ساڑھے تر بجے ایک بندہ بھی نظر نہیں آتا لیکن یہ ٹائم میں واقعی ٹریک بڑا بہترین ہے نہ دھوڑ نہ شور نہ کچھ صرف میچ نہ ٹیم ہی ہونے یا تو نال فٹ بال آنے وہ کھیلتے لاڈو جی تریج ہمارے کالج کو اندر بڑا سٹا نے رنگ شنگ کر دیتے ہیں سارا ماحول بنا دیتے ہیں کیونکہ انہوں نے پہلے ہی ایک ہفتہ پہلے نا سپورٹس والا تھا ان وجہ تو سارے کالج لیکن مٹی جی ہے نا ساری دھوڑ روڈ والی پی ہے اندر بھی سب سین کچھ ایسے ہیں سی کہ تو پیسے نہ ٹائم تھی کہ ساڑھے نو ہوں تو ان ٹائم اس میں فری تھے اج ابھی سیم کے آخری مریض نے ٹیسٹ کرنا کھڑے وہ ٹیسٹ ختم تھی سن تو بلا اصا ویسا کھانا کھان وہ تقریباً ڈہ منٹ لگ سن یا پندرہ منٹ لگ سن یا بھی منٹ لگ سن جتنا بھی لگ سی وہ کھانا کھان ڈہ تھی ویسا سب کو کھانا کھانے کھانے تو برا دے پیٹ چوہے بکل بڑک دے ہوتے کیونکہ کھانا کھانا تو بھی ضروری ہے تو جوں بھی اصل او یار بیٹھے ہوئے اتنا بندہ بزی ہے شیو کراؤن کا ٹائم ہی نہیں ملا لیکن وہ برادر اتنا بزی بندہ ہے پیا تو وہ بن کے نا تھوڑی دیر بعد ویسا مطلب 15-20 منٹ لگ ویسے اندر بعد ویسا ہوگا کھانا کھانا چلو اتنی بہ کے ساڈے تے پہن نیوز تے ہوا